ਇਹਨੂੰ ਸਭ ਕਿਵੇਂ ਦੇਖਦੇ ਹੋ? 50 ਦਿਨਾਂ ਤੋਂ ਉੱਤੇ ਦੀ ਸਰਕਾਰ ਦਾ ਸਮਾਂ ਹੋ ਗਿਆ, ਕਿਵੇਂ ਦੇਖ ਰਹੇ ਹੋ ਕਾਰਜਕਾਰੀ? ਜਿਹੜੇ ਆਮ ਲੋਕਾਂ ਨੇ ਆਮ ਪਾਰਟੀ ਨੂੰ ਵੋਟਾਂ ਪਾਈਆਂ, ਅੱਜ ਉਹੀ ਹੱਥਾਂ ਤੇ ਦੰਦੀਆਂ ਵੱਟ ਰਹੇ ਨੇ। 50 ਦਿਨ ਦਾ ਕਾਰਜਕਾਲ ਆਮ ਆਦਮੀ ਪਾਰਟੀ ਆਪਣਾ ਗਣਾਉਂਦੀ, ਕਹਿੰਦੇ 26,000 ਅਸੀਂ ਨੌਕਰੀਆਂ ਕਹਿੰਦੇ ਅਸੀਂ ਕੱਢਤੀਆਂ ਨੇ, 72,000 ਟੀਚਰ ਅਸੀਂ ਭਰਤੀ ਕਰਕੇ ਗਏ ਹਾਂ, ਟੋਟਲ 1,56,000 ਨੌਕਰੀ ਨੌਜਵਾਨਾਂ ਨੂੰ ਸਰਕਾਰੀ ਅਸੀਂ ਦੇ ਕੇ ਗਏ। ਕਹਿੰਦੇ ਅਸੀਂ 300 ਯੂਨਿਟ ਮੁਫਤ ਦੇਣ ਦਾ ਐਲਾਨ ਕੀਤਾ ਸੀਗਾ, ਕਹਿੰਦੇ 1 ਜੁਲਾਈ ਤੋਂ ਅਸੀਂ ਉਹ ਵੀ ਦੇ ਰਹੇ ਹਾਂ। ਕਈ ਐਲਾਨ ਜਿਹੜੀ ਆਮ ਆਦਮੀ ਪਾਰਟੀ ਕਹਿੰਦੇ ਨੇ ਕਿ ਇੰਨੇ ਕੰਮ ਕਹਿੰਦੇ ਕਦੇ ਪਿਛਲੇ 10 ਸਾਲ ਦੇ ਵਿੱਚ ਸਰਕਾਰਾਂ ਨੇ ਨਹੀਂ ਕੀਤੇ, ਕਹਿੰਦੇ ਜਿਹੜੇ ਅਸੀਂ 50 ਦਿਨਾਂ 'ਚ ਕਰਦੇ। ਪੰਜਾਬ 'ਚ ਕਿਸੇ ਨੂੰ ਬਿਜਲੀ, ਪਾਣੀ, ਨੌਕਰੀ ਮਿਲੇ ਨਾ ਮਿਲੇ, ਇਹਨਾਂ ਦੀ ਇਸ਼ਤਿਹਾਰਬਾਜ਼ੀ ਚੱਲੂਗੀ, ਮਸ਼ਹੂਰੀਆਂ ਕਰਨਗੇ, ਲੋਕਾਂ ਨੂੰ ਫਿਰ ਜਾਲ 'ਚ ਫਸਾਉਣਗੇ, ਹੋਰ ਇਹਨਾਂ ਕੋਲ ਕੋਈ ਪ੍ਰੋਗਰਾਮ। ਲੋਕ ਵਿਚਾਰੇ ਮਿਸਗਾਈਡ ਹੋ ਗਏ, ਹੁਣ ਕਹਿੰਦੇ 1 ਕਿਲੋਵਾਟ ਮਿਲੂਗੀ, ਹੈ ਨਾ ਹੇਰਾ ਫੇਰੀ, 420 ਹੈ ਨਾ ਇਹ, 420 ਦਾ ਪਰਚਾ ਦਰਜ ਕਰਾਓ ਇਹਨਾਂ ਦੇ। ਜਿੰਦਰਪਾਲ ਬੱਗਾ ਹੋਣਾ ਦੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਵੱਖ ਵੱਖ ਰਾਏ ਆਉਂਦੀ ਹੈ, ਸੋਸ਼ਲ ਮੀਡੀਆ 'ਤੇ ਚਰਚਾ ਹੁੰਦੀ, ਕਹਿੰਦੇ ਪੰਜਾਬ ਪੁਲਿਸ ਨੇ ਆਪਣੀ ਬੇਇੱਜ਼ਤੀ ਕਰਵਾ ਲਈ, ਕਹਿੰਦੇ ਨਾ ਕਿ ਪੰਜਾਬ ਦਾ ਕਹਿੰਦੇ ਕੋਈ ਮਸਲਾ ਸੀਗਾ। ਲੇਕਿਨ ਆਮ ਪਾਰਟੀ ਨੇ ਪੰਜਾਬ ਪੁਲਿਸ ਦੀ ਵਰਤੋਂ ਗੁੰਡਿਆਂ ਵਾਂਗੂ ਕਰਨੀ ਸ਼ੁਰੂ ਕਰ ਦਿੱਤੀ। ਦਿੱਲੀ ਦੇ ਮੁੱਖ ਮੰਤਰੀ 'ਤੇ ਕਹਿੰਦੇ ਟਿੱਪਣੀ ਹੋਈ, ਅਤੇ ਟਿੱਪਣੀ ਕਰਨ ਵਾਲਾ ਵੀ ਕਹਿੰਦੇ ਦਿੱਲੀ ਦਾ ਸੀਗਾ। ਇਹਦਾ ਸਟੇਚਰ ਗਿਰ ਗਿਆ ਪੂਰੇ ਦੇਸ਼ ਵਿੱਚ। ਹੁਣ ਤੁਸੀਂ ਵੇਖੋ, ਤੁਸੀਂ ਮਹਾਰਾਸ਼ਟਰ 'ਚ, ਉੱਤਰ ਪ੍ਰਦੇਸ਼, ਰਾਜਸਥਾਨ 'ਚ ਖਬਰਾਂ ਲੱਗੀਆਂ ਮਿਸਯੂਜ਼ ਆਫ ਪੰਜਾਬ ਪੁਲਿਸ ਦੀ। ਅਕਾਲੀ ਦਲ ਦੇ ਵੱਲੋਂ ਅੱਜ ਜਲੰਧਰ ਡਿਪਟੀ ਕਮਿਸ਼ਨਰ ਨੂੰ ਰਾਜਪਾਲ ਦੇ ਨਾਂ ਦੇ ਉੱਪਰ ਮੰਗ ਪੱਤਰ ਦਿੱਤਾ ਗਿਆ। ਅਕਾਲੀ ਦਲ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਨੇ ਆਪਣੇ 50 ਦਿਨ ਦੇ ਕਾਰਜਕਾਲ ਦੇ ਵਿੱਚ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਪੰਜਾਬ ਦੀ ਬਿਹਤਰੀਨ ਦਿਸ਼ਾ ਹੋ ਜਾਂਦੀ। ਕਿਹਾ ਜਾ ਰਿਹਾ ਕਿ ਪੰਜਾਬ ਦੇ ਹਾਲਾਤ ਦਿਨੋ ਦਿਨ ਮਾੜੇ ਹੋ ਰਹੇ ਨੇ। ਮੇਰੇ ਨਾਲ ਸਾਬਕਾ MLA ਪਵਨ ਕੁਮਾਰ ਟੀਨੂ ਮੌਜੂਦ ਹੈਗੇ ਨੇ, ਗੱਲਬਾਤ ਕਰਦੇ ਹਾਂ। ਟੀਨੂ ਸਾਹਿਬ, ਕਿਵੇਂ ਦੇਖਦੇ ਹੋ 50 ਦਿਨਾਂ ਤੋਂ ਉੱਤੇ ਦੀ ਸਰਕਾਰ ਦਾ ਸਮਾਂ ਹੋ ਗਿਆ, ਕਿਵੇਂ ਦੇਖ ਰਹੇ ਹੋ ਕਾਰਜਕਾਰੀ? ਦੇਖੋ ਮਨਪ੍ਰੀਤ ਜੀ, ਅਸੀਂ ਕੁਝ ਕਹਾਂਗੇ, ਲੋਕਾਂ ਨੇ ਕਹਿਣਾ ਤੁਸੀਂ ਤਾਂ ਯਾਰ ਕਹਿਣਾ ਹੀ ਆ, ਤੁਸੀਂ ਆਪੋਜੀਸ਼ਨ ਪਾਰਟੀ ਆ। ਤੁਸੀਂ ਲੋਕਾਂ ਨੂੰ ਪੁੱਛ ਕੇ ਦੇਖੋ, ਜਿਹੜੇ ਆਮ ਲੋਕਾਂ ਨੇ ਆਮ ਪਾਰਟੀ ਨੂੰ ਵੋਟਾਂ ਪਾਈਆਂ, ਅੱਜ ਉਹੀ ਹੱਥਾਂ 'ਤੇ ਦੰਦੀਆਂ ਵੱਢ ਰਹੇ। ਅੱਜ ਮਜ਼ਦੂਰ, ਅੱਜ ਦੁਕਾਨਦਾਰ, ਅੱਜ ਵਿਦਿਆਰਥੀ, ਨੌਜਵਾਨ, ਮੁਲਾਜ਼ਮ ਸਾਰੇ ਹੀ ਪਰੇਸ਼ਾਨ, ਬੁਰੀ ਹਾਲਤ ਸਾਰਿਆਂ ਦੀ। ਕੁਝ ਨਹੀਂ ਮਿਲਿਆ ਕਿਸੇ ਨੂੰ, ਬਿਜਲੀ ਆ ਨਹੀਂ ਰਹੀ, ਅਤੇ ਨਾ ਕਿਸੇ ਨੂੰ ਕੋਈ ਸਹੂਲਤ ਮਿਲੀ ਆ, ਅਤੇ ਠੱਗੀਆਂ ਵੱਜ ਰਹੀਆਂ, ਕ੍ਰਾਈਮ ਵੱਧ ਰਿਹਾ। ਆਮ ਪਾਰਟੀ ਦੇ ਆਪਣੇ MLA ਜਿਹੜੇ ਕਹਿੰਦੇ ਸੀ ਅਸੀਂ ਤਾਂ ਬੜੀ ਸੱਚੀ ਰਾਜਨੀਤੀ ਕਰਨੀ ਆ, 40-40 ਕਰੋੜ ਦੇ ਘਪਲੇ ਉਹਨਾਂ ਦੇ ਸਾਹਮਣੇ ਆ ਰਹੇ, ਹੁਣ ਫਰੋਡ ਆ ਰਿਹਾ ਸਾਹਮਣੇ, ਇਹ ਸਾਰਾ ਕੁਛ ਤੁਹਾਡੇ ਸਾਹਮਣੇ ਆ ਜਾਣਾ। ਹਾਲੇ ਤਾਂ 50 ਦਿਨ ਹੋਏ ਆ, ਹਾਲੇ ਨਾ ਤਾਂ ਰੇਤਾ ਸਸਤੀ ਹੋਈ, ਸਸਤੀ ਕੀ ਹੋਣੀ, ਰੇਤਾ ਤਾਂ ਅੱਗੇ ਨਾਲੋਂ ਵੀ ਮਹਿੰਗੀ ਹੋ ਗਈ, ਬਲਕਿ ਮਿਲਦੀ ਨਹੀਂ ਆਮ ਬੰਦਿਆਂ ਨੂੰ, ਰੇਤਾ ਮਿਲ ਨਹੀਂ ਰਹੀ। ਅਗਰ ਮਹਿੰਗੇ ਭਾਅ 'ਚ ਲੈਣੀ ਆ ਤਾਂ ਮਿਲ ਵੀ ਰਹੀ ਆ, ਉੱਦਾਂ ਸਰਕਾਰ ਕਹਿੰਦੀ ਮਾਈਨਿੰਗ ਬੰਦ ਕੀਤੀ। ਅਸੀਂ ਮੈਰੀਟੋਰੀਅਸ ਸਕੂਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਏ ਸੀ ਪੰਜਾਬ 'ਚ, ਸਾਰੇ ਹੀ ਤਕਰੀਬਨ ਬੰਦ ਵਾਲੇ ਹਾਲਾਤ ਆ, 84% ਸੀਟਾਂ ਖਾਲੀ, ਨਵਾਂ ਇੱਕ ਸਕੂਲ ਨਹੀਂ ਬਣਾਇਆ। ਪਿਛਲੀ ਸਰਕਾਰ ਸਿਰਫ ਰੰਗ ਰੋਗਨ ਕਰਕੇ ਚਲੇ ਗਈ, ਕੋਈ ਟੀਚਰ ਦੀ ਭਰਤੀ ਨਹੀਂ ਹੋਈ, ਕੋਈ ਨਵਾਂ ਸਕੂਲ ਨਹੀਂ ਬਣਾਇਆ। ਆਹ ਸਰਕਾਰ ਨੇ ਤਾਂ ਹੁਣ ਪਹਿਲੇ 50 ਦਿਨਾਂ 'ਚ ਚੰਦ ਚੜ੍ਹਾ ਦਿੱਤੇ ਸਨ। ਅੱਛਾ, 50 ਦਿਨ ਦਾ ਕਾਰਜਕਾਲ ਆਮ ਆਦਮੀ ਪਾਰਟੀ ਆਪਣਾ ਗਣਾਉਂਦੀ, ਕਹਿੰਦੇ 26,000 ਅਸੀਂ ਨੌਕਰੀਆਂ ਕਹਿੰਦੇ ਅਸੀਂ ਕੱਢਤੀਆਂ ਨੇ, ਕਹਿੰਦੇ ਅਸੀਂ 300 ਯੂਨਿਟ ਮੁਫਤ ਦੇਣ ਦਾ ਐਲਾਨ ਕੀਤਾ ਸੀਗਾ, ਕਹਿੰਦੇ 1 ਜੁਲਾਈ ਤੋਂ ਅਸੀਂ ਉਹ ਵੀ ਦੇ ਰਹੇ ਹਾਂ। ਕਈ ਐਲਾਨ ਜਿਹੜੀ ਆਮ ਆਦਮੀ ਪਾਰਟੀ ਕਹਿੰਦੇ ਨੇ ਕਿ ਇੰਨੇ ਕੰਮ ਕਹਿੰਦੇ ਕਦੇ ਪਿਛਲੇ 10 ਸਾਲ ਦੇ ਵਿੱਚ ਸਰਕਾਰਾਂ ਨੇ ਨਹੀਂ ਕੀਤੇ, ਕਹਿੰਦੇ ਜਿਹੜੇ ਅਸੀਂ 50 ਦਿਨਾਂ 'ਚ ਕਰਦੇ। ਇਹ ਗੱਲ ਤਾਂ ਮਨੀਸ਼ ਸਿਸੋਦੀਆ ਜੀ ਦੀ ਇਸ ਸਟੇਟਮੈਂਟ ਤੋਂ ਆ ਜਾਂਦੀ ਆ ਕਿ ਅਸੀਂ ਦਿੱਲੀ 'ਚ ਜਿਹੜੇ ਸਕੂਲ ਬਣਾਏ ਆ ਉਹ ਮੈਰੀਟੋਰੀਅਸ ਸਕੂਲਾਂ ਨੂੰ ਦੇਖ ਕੇ ਬਣਾਏ ਆ, ਉਸਕੋ ਦੇਖ ਲਓ ਆਪ। ਜੇ ਪੰਜਾਬ 'ਚ ਅਸੀਂ ਕੋਈ ਕੰਮ ਨਹੀਂ ਕੀਤਾ 10 ਸਾਲ, ਤਾਂ ਫਿਰ ਕੇਜਰੀਵਾਲ ਜੀ ਨੌਲੇਜ ਸ਼ੇਅਰਿੰਗ ਸਿਗਨੇਚਰ ਕਿਉਂ ਸਾਈਨ ਕਿਉਂ ਕਰਦੇ ਆ? ਕਿ ਇਕੱਲਾ ਜਾਂ ਤਾਂ ਉਹਦਾ ਇੱਕ ਮਤਲਬ ਹੈ, ਜਾਂ ਤਾਂ ਭਗਵੰਤ ਮਾਨ ਦੀ ਸਰਕਾਰ ਨੂੰ ਸਿਰਫ ਨੌਲੇਜ ਦੇਣੀ ਦਿੱਲੀ ਤੋਂ, ਜੇ ਸ਼ੇਅਰਿੰਗ ਕਰਨੀ ਇਹਦਾ ਮਤਲਬ ਇੱਥੋਂ ਵੀ ਕੁਛ ਚਾਹੀਦਾ ਫਿਰ, ਅਤੇ ਇੱਥੋਂ ਅਗਰ ਕੇਜਰੀਵਾਲ ਜੀ ਨੂੰ ਚਾਹੀਦਾ ਤਾਂ ਇਹਦਾ ਮਤਲਬ ਇੱਥੇ ਕੰਮ ਬਾਦਲ ਸਾਹਿਬ ਦੀ ਸਰਕਾਰ ਨੇ ਕੀਤੇ ਆ। ਆ ਜਿੰਨੀਆਂ ਸੜਕਾਂ ਪੰਜਾਬ 'ਚ ਬਣੀਆਂ, ਜਿਹੜਾ ਕਣਕ ਲੋਕਾਂ ਨੂੰ ਫ੍ਰੀ ਮਿਲਦੀ ਆ, ਇਹ ਸਭ ਤੋਂ ਪਹਿਲਾਂ ਦੇਸ਼ ਵਿੱਚ ਸ਼ੁਰੂ ਹੋਈ ਤਾਂ ਬਾਦਲ ਸਾਹਿਬ ਨੇ ਸ਼ੁਰੂ ਕੀਤੀ। ਸਾਈਕਲ ਮਿਲਦੇ ਸੀ, ਸ਼ਗਨ ਸਕੀਮ ਮਿਲਦੀ ਸੀ, ਸਕਾਲਰਸ਼ਿਪ ਮਿਲਦੀ ਸੀ, ਸੜਕਾਂ, ਗਲੀਆਂ, ਨਾਲੀਆਂ, ਟੈਂਕੀਆਂ, ਨਵੇਂ ਸਕੂਲ, 72,000 ਟੀਚਰ ਅਸੀਂ ਭਰਤੀ ਕਰਕੇ ਗਏ ਹਾਂ, ਟੋਟਲ 1,56,000 ਨੌਕਰੀ ਨੌਜਵਾਨਾਂ ਨੂੰ ਸਰਕਾਰੀ ਅਸੀਂ ਦੇ ਕੇ ਗਏ ਹਾਂ। ਅਤੇ ਇਹ ਤਾਂ ਹੁਣ ਇਸ਼ਤਿਹਾਰਬਾਜ਼ੀ 'ਤੇ ਆ ਗਏ। ਉਸ ਵੇਲੇ ਕਹਿੰਦੇ ਸੀ ਬਈ ਇਸ਼ਤਿਹਾਰ ਨਹੀਂ ਲਾਉਣੇ ਚਾਹੀਦੇ, ਖਜ਼ਾਨੇ 'ਚੋਂ ਪੈਸਾ ਜਾ ਰਿਹਾ ਜੀ, ਇਸ਼ਤਿਹਾਰਬਾਜ਼ੀ ਨਾ ਕਰੋ।
हुण तुसी रोज वेख लो कोई दिन होवे कोई ईवेंट होवे भगवंत मान जी की फोटो लगी हुंदी आ पूरे पेज का इश्तहार जा रहा टैलीविजन च भी अखबारों च भी वो करोड़ों रुपया लोगों के टैक्सपेयर की मनी आ वो लोगों के खून पसीने की कमाई आ जिहड़ी इश्तहारबाजी च उड़ाई जा रही आ। हाँ ये नॉलेज जरूर केजरीवाल जी ने भगवंत मान जी नूं देती है कि जिदा उन्होंने 850 करोड़ रुपया इश्तहारबाजी से लाया सी एडवरटाइजमेंट से उही हुण भगवंत मान जी उन्होंने कदमों से चल पाया। पंजाब किसी नूं बिजली पानी नौकरी मिले ना मिले इन्हां दी इश्तहारबाजी चलूगी मशहूरियां करनगे लोगों नूं फिर जाल च फसाउणगे होर इन्हां कोल कोई प्रोग्राम। अच्छा तो जिंदरपाल बग्गा होना दे मसले नूं तुसीं किवें देखते हो क्योंकि वक् वक् राय आउंदी है सोशल मीडिया ते चर्चा होंदी कहिंदे पंजाब पुलिस ने अपनी बेइज्जती करवा ली कहिंदे ना कि पंजाब दा कहिंदे कोई मसला सीगा दिल्ली दे मुख्यमंत्री ते कहिंदे टिप्पणी होई ते टिप्पणी करन वाला भी कहिंदे दिल्ली दा सीगा अकाली दल किवें देखदा है। देखो मैं ये गल कहनी चाहुंदा पंजाब पुलिस दा जे पूरे देश दी स्टेट पुलिस दी आपां कोई आपां उहदी करिए बनाईए मेरे ख्याल पंजाब पुलिस टॉप रैंक ते है रैंकिंग करिए तो टॉप रैंक ते पंजाब पुलिस आउंदी है देश दी पुलिस च लेकिन आम पार्टी ने पंजाब पुलिस दी वरतों गुंडियां वांगू करनी शुरू कर दी इहदा स्टेचर गिर गया पूरे देश में। हुण तुसीं वेखो तुसीं महाराष्ट्र च उत्तर प्रदेश राजस्थान च खबरां लगियां मिसयूज ऑफ पंजाब पुलिस दियां ये साढ़े रुतबे नूं पंजाब पुलिस दे रुतबे नूं सट वज्जी है ये जिहड़ा इन्होंने दिल्ली भेजती पुलिस जिते मर्जी परचा मसला कोई दिल्ली का कितने होर सूबे का परचा मोहाली च दर्ज हो रहा इतों पुलिस जा रही है क्यों जा रही तुसीं ना ये बर्बादी लैके आओ ये जो काम तुसीं शुरू कर रहे हो लोगों का ध्यान भटकाउण की कोशिश कर रहे हैं असली मुद्दों ते आम पार्टी आना चाहिए आ इधर आ जो कर रहे पुलिस भेज के गुंडागर्दी है ना कर ये ना पंजाब की आन शान वट्टा लग रहा लगता कि वेंडेटा पॉलिटिक्स हो रही 100% होर की कही है 100% वेंडेटा पॉलिटिक्स हुई है और हाई कोर्ट ने इन्हों कहता हाई कोर्ट ने झाड़ मारी है पंजाब पुलिस ने। सो भगवंत मान जी नींद चो उठना चाहिए हूँ ऑपोजिशन च नहीं भी जो मर्जी बयानबाजी कर दी जिते मर्जी चुटला बनाता जिते मर्जी जे हसोहीणी गल करती हूँ जिम्मेवारी वाली वो पोस्ट उत्ते बैठे आ हुण अपने वादे निभाउण 16,000 मुहल्ला क्लीनिक लोग उड़ीक रहे लोग 6 लाख नौकरी उड़ीक रहे सरकारी तो लोग स्कूटरियाँ मोटरसाइकिल जिहड़े लोगों नाल वादे किए उड़ीक रहे देण हुण 300 यूनिट कहिंदे सी सारयां नूं देवांगे हुण कहिंदे आ वी 1 किलोवाट तक होना चाहिए पहलां जां तां पोस्टर उत्ते लाउंदे जदों कहिंदे सी ना महिलावां नूं वधाई 300 यूनिट सबनों फ्री उदों थले लिख देंदे कंडीशन भी सिर्फ 1 किलोवाट वाले मिलेगा लोग बेचारे मिसगाइड हो गए हुण कहिंदे 1 किलोवाट मिलेगी है ना हेरा फेरी 420 है ना ये 420 का परचा दर्ज कराओ इन्हों से। अच्छा बदलाव की देखा तुम कहते कि सरकार आई तो बदलाव नज़र आएगा अकाली दल बदलाव किवें देखता है। देखो लोगों मिसगाइड करके लोगों जाल च फसा के बदला एक मौका बदला लोग उस गल च आ गए भोले आ पंजाब के लोग और लोगों ने वोटा पाती हूँ लोगों ये नहीं पता भी जो तुम एक बारी एक मौका देता तो 5 साल बाद चेंज कर सकते इस एक बारी अपने दिते फैसले हूँ लोग हूँ करा के देख लो ये 92 तो नहीं है 40 आ जाएंगे लोग हूँ समझ गए कि गल्लां करनियां सुखालियां हुंदियां नतीजे देने बहुत मेहनत ते गंभीरता का काम हुंदा असीं नतीजे दिते ठीक है जो लोगों ने फैसला किया असीं सानू मंजूर है। एक बार बीजेपी भी 2 सीटां ते आ गई सी 1997 च कांग्रेस 14 सीटां ते असीं 97 जित्तियां सी श्रोमणी अकाली दल ने। सो ये राजनीति विच उठक बैठक उल्ट पलट हुंदी रहिंदी है लेकिन गल ये है कि पंजाब दी गल पंजाब दे मसले वो कितने गए अज तक केजरीवाल जी चेते अज भी उसी एक ट्रिब्यून च फोटो लगी है अंग्रेजी अखबार च वो किसी प्रोग्राम च केजरीवाल जी एक ट्रॉफी दे रहे किसी आई थिंक किसी जज साहबान ने तो भगवंत मान जी नाल खड़े आ तो उन्होंने ट्रॉफी हाथ तक नहीं लाने दिता उन्होंने। सो इन का सारा हुण पर्दा फाश हो गया लोगों से इतने भगत सिंह दियां गल्लां करदे आ डॉक्टर अंबेडकर दियां गल्लां करदे आ
गुजरात में जा के चरखा चलाउन लग पैंदे आ। हुण समझ गए ना लोग, नौजवान समझ गए पंजाब दे। उदों कहिंदे सी पंजाब दे खजाने ते बोझ पाया जा रहा जी, हैलीकाप्टर चलाए जा रहे जी बादल साहब वल्लों। हुण दसो मान साहब, हुण तुहाडे 45-45 लख दे खर्चे पै रहे गुजरात जाण दे। गुजरात किहड़ी पंजाब दे फायदे दी कम करन गए सी तुसीं? सिर्फ चरखा चलाउन गए सी, ट्रेन 'च चले जांदे। हुण दसो जिहड़े मुद्दयां ते तुसीं सानू घेरदे सी, दूजियां पार्टियां नूं घेरदे सी, हुण तुसीं की कर रहे? हुण पंजाब दे खजाने चों ठा ठा इश्तिहारबाजी हो रही आ, हैलीकाप्टर चल रहे आ। पहलां चरणजीत सिंह चन्नी 3 महीने झूठे लै गया चंगे सरकार दे खजाने चों, हुण भगवंत मान जी कर रहे हो काम। सो इह पता लगूगा, थोड़ी देर ठहर जाओ। अज बिजली दीआं गल्लां हो रहीआं पंजाब 'च कि बिजली नहीं आ रही, बिजली दी इन्नी 15,000 मेगावाट डिमांड हो गई, 16,000 हो गई। कदी किसे पार्टी ने बिजली पैदा करन वल ध्यान दिता? श्रोमणी अकाली दल तो अलावा जिन्ने पंजाब च बिजली दे कारखाने लगे, जदों भी लगे, सिर्फ श्रोमणी अकाली दल ने लाए। कहिंदे अपग्रेड नहीं कराए, कहिंदे उहदे करके कहिंदे अजे तक बिजली। मैं कहना अपग्रेड इहनां कोई करवा लो, असीं तां बनाते, असीं तां तुहानूं घर बनाता, एक कमरा एक बाथरूम इहनां कोल वी बनवा के दिखाओ। ड्यूटी नवाउणे वी हुण 5 साल लोकां ने मौका दित्ता, देण सब नूं फ्री बिजली, हुण शर्तां ना लाउण, हुण देण 6 लख नौकरियां रैगूलर, हुण कॉन्ट्रैक्ट वालियां नौकरियां देना छड्डण लोकां नूं मान साहब। हुण नहीं लोकां ने ठेके वाली नौकरी लैनी, हुण तां रैगूलर पोस्टां वालियां चाहिए। ठीक है, धन्यवाद टीनू साहब गलबात करने के लिए। सो ये पवन कुमार टीनू हैगे ने, सबका MLA हैगे आदमपुर तो। अज जिहड़ा DC दे नाम के उपर मंग पत्र, जिहड़ा राजपाल दे नाम ते DC नूं मंग पत्र दिता कि आम आदमी पार्टी 50 दिन के कार्यकाल दे विच फेल हुई है, क्योंकि पंजाब दे विच वड्डे वड्डे बिजली के कट लग रहे हैं ते लोग परेशान नज़र आ रहे हैं। इस कारण जिहड़ा मंग पत्र दिता जाए कि पंजाब की हालत जिहड़ी है सुधारी जाए। कैमरामैन अभी दे नाल मनप्रीत सिंह कालू, TV पंजाब, जलंधर।